ਵਾਹ ਸ਼ਾਇਦ ਵਾਹ। ਲੋ ਜੀ ਲੋਕ ਜੋਕ ਦਰ ਜੋਕ ਆ ਰਹੇ ਨੇ ਕਬੂਤਰ। ਅਸਲਾਮ ਵਾਲੇਕੁਮ ਦੋਸਤੋ, ਆਪਣਾ ਭਾਈ ਅੱਜ ਨਹੀਂ ਵੀਡੀਓ ਦੇ ਸਾਥ ਹਾਜ਼ਰ ਹੋ, ਮੈਂ ਉਮੀਦ ਕਰਦਾ ਹਾਂ ਮੇਰੇ ਤਮਾਮ ਕਬੂਤਰ ਬਰਬਰ ਭਾਈ ਬਾਹਰ ਆਏ ਹੋਣਗੇ। ਦੋਸਤੋ ਰੇਲ ਵਿੱਚ ਨਾ ਬਾਅਦ ਦੂਸਰਾ ਟੂਰਨਾਮੈਂਟ ਲੋਕ ਜੋਕ ਦਾ ਜੋਕ ਆ ਰਹੇ ਨੇ, ਇਨਸ਼ਾਅੱਲਾ ਮਜ਼ੀਦ ਤੁਹਾਨੂੰ ਸ਼ੌਕ ਕਰਵਾਉਂਦੇ ਹਾਂ। ਇਸ ਤੋਂ ਪਹਿਲਾਂ ਸਾਡੇ ਚੈਨਲ 'ਤੇ ਕਹਿੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਨੂੰ ਬਆਸਾਨੀ ਦੇਖ ਸਕੋ। ਲੋ ਜੀ ਮਾਸ਼ਾਅੱਲਾ। ਅਸਲਾਮ ਅਲੈਕੁਮ ਬੜੇ ਭਾਈ। ਵਾਲੇਕੁਮ ਸਲਾਮ। ਹਾਂਜੀ ਬਾਘਾ ਸਾਹਿਬ, ਕੀ ਹਾਲ ਹੈ? ਠੀਕ ਠਾਕ ਬਾਘਾ। ਅੱਜ ਕਿੰਨੀ ਗਰਮੀ ਪੈਣੀ ਸਰ? ਹੈ 45-46 47 ਤੱਕ। ਅਤੇ ਅੱਜ ਕੀ ਹੋ ਸੀ? ਇਨਸ਼ਾਅੱਲਾ ਜੀ 2-2.5-3 ਵਜੇ ਹਾਜ਼ਰ ਹੋ ਜਾਏਗੀ। ਅੱਛਾ ਅੱਛਾ, ਇਹ ਜਿਹੜੇ ਇਹ ਸੀਜ਼ਨ ਦੇ ਕਬੂਤਰ ਉੱਡਦੇ ਪੈਣ, ਇਹਦੇ 'ਚ ਸ਼ਿਕਾਰ ਉੱਡ ਰਿਹਾ ਕਬੂਤਰ ਉੱਡ ਰਹੇ ਨੇ? ਸਰ ਸ਼ਿਕਾਰ ਉੱਡ ਰਿਹਾ, ਕਬੂਤਰ ਨਹੀਂ ਉੱਡ ਰਹੇ। ਇਹ ਕਬੂਤਰ ਦਾ ਨਸਲ ਹੀ ਹੋਣਾ ਕੋਈ ਜ਼ਰੂਰੀ ਨਹੀਂ, ਸ਼ਿਕਾਰ ਜ਼ਰੂਰੀ ਹੈ। ਅੱਛਾ, ਸ਼ਿਕਾਰ ਕਿੰਨਾ ਕੁ ਟਾਈਮ ਬਾਅਦ ਕਰ ਸਕਦਾ ਯਾਰ? ਸ਼ਿਕਾਰ ਉਸਤਾਦ ਕਾਬਲ ਹੋਵੇ ਤਾਂ ਫਿਰ ਨਹੀਂ। ਅਗਰ ਮਾਸ਼ਾਅੱਲਾ ਤੁਹਾਡਾ ਉਸਤਾਦ ਜੋ ਤੁਹਾਡਾ ਕਬੂਤਰ 12 ਵਜੇ ਤੱਕ ਉੱਡਦਾ ਹੈ, ਤਾਂ ਸਾਹ ਕਿੰਨੇ ਵਜੇ ਤੱਕ ਉਡਾ ਲੈਗਾ? ਅੱਲਾਹ ਦਾ ਸ਼ੁਕਰ ਹੈ, ਮਤਲਬ ਕਿ ਜਿੱਤ ਕੇ ਹੀ ਬੈਠੇਗਾ ਇਨਸ਼ਾਅੱਲਾ। ਯਾਰ ਦੇਖੋ ਕਿ ਸਾਡੀ ਨੀਅਤ ਸਾਫ਼ ਹੈ, ਜਿਤਨਾ ਜਿਤਨਾ ਹਾਰਨਾ ਉਹ ਤਾਂ ਮੁਕੱਦਰ ਦੀ ਗੱਲ ਹੈ। ਮੈਂ ਤੁਹਾਡੇ ਤੋਂ ਸਵਾਲ ਕੀਤਾ ਹੈ ਕਿ ਅਗਰ ਤੁਹਾਡਾ ਕਬੂਤਰ 12 ਵਜੇ ਤੱਕ ਉੱਡਦਾ ਪਿਆ, ਕਬੂਤਰ ਵੀ ਨਸ ਲਈਏ, ਤਾਂ ਤੁਹਾਡਾ ਉਸਤਾਦ ਉਹਨੂੰ ਕਿੰਨੇ ਵਜੇ ਤੱਕ ਉਡਾ? ਸ਼ਾਮ ਵੀ ਕਰ ਸਕਦਾ ਜੀ ਸਰ, ਸ਼ਾਮ ਦੀ ਮੈਂ ਸ਼ਾਮ ਕਰ ਸਕਦਾ। ਮੈਂ ਇਹ ਗੱਲ ਕਰ ਰਿਹਾ, ਮੈਂ ਕਿਹਾ ਕਿ ਕਿੰਨੀ ਪਰਵਾਜ਼ ਵਧਾ ਸਕਦਾ ਉਸਤਾਦ? 4-5 ਘੰਟੇ ਜੀ। 4-5 ਘੰਟੇ, ਮਕਸਦ ਇਹ ਜਿਹੜੀ ਜਿਹੜੀ ਦਵਾਈ ਹੈ ਜੋ ਵੀ ਉਹਦੇ ਨਾਲ 4-5 ਘੰਟੇ ਪਰਵਾਜ਼ ਹੋ। ਸਿਹਤ ਵੀ ਠੀਕ ਹੈ, ਸੁਣਾਓ ਸ਼ੌਕ ਕੈਸਾ ਹੋ ਰਿਹਾ? ਕਾਸ਼ ਬਈ ਅੱਜ ਤਾਂ ਗਰਮੀ ਤਾਂ ਬੜੀ ਢੇਰ ਹੋ ਰਹੀ ਹੈ, 48-49 ਦੱਸਦੇ। ਅਤੇ ਅੱਜ ਕੀ ਸੂਰਤ ਯਾਦ ਹੋਵੇਗੀ? ਬਸ 2-3 ਵਜੇ ਤੱਕ। ਕਾਸ਼ ਬਈ ਜਿਹੜਾ ਕਬੂਤਰ ਦਾ ਆਪਣਾ ਇਹਦੇ ਕੀ ਕਿਰਦਾਰ ਹੁੰਦਾ ਹੈ ਉਸਤਾਦ ਦਾ ਕਬੂਤਰਬਾਜ਼ੀ ਦੇ ਵਿੱਚ? ਉਸਤਾਦ ਦਾ ਬਹੁਤ ਜ਼ਿਆਦਾ ਕਿਰਦਾਰ ਹੁੰਦਾ, ਮਕਸਦ ਇਹ ਕਿ ਅਗਰ ਫਰਜ਼ ਕੀਤਾ ਕਿ ਅੱਛਾ ਪਰਿੰਦਾ ਹੋਵੇ, ਉਸਤਾਦ ਵੀ ਅੱਛਾ ਹੋਣਾ ਚਾਹੀਦਾ ਹੈ, ਪਰਿੰਦਾ ਵੀ ਅੱਛਾ ਹੋਣਾ ਚਾਹੀਦਾ। ਇਹ ਵੈਸੇ ਆਮ ਰੂਟੀਨ, ਜੇਕਰ ਕਬੂਤਰ 11-12 ਵਜੇ ਤੱਕ ਉੱਡਦਾ, ਉਸਤਾਦ ਉਹਨੂੰ ਕਿੱਥੇ ਤੱਕ ਲੈ ਕੇ ਜਾ ਸਕਦਾ? ਤਕਰੀਬਨ 2-3 ਵਜੇ ਤੱਕ ਤਾਂ ਲਿਜਾਣਾ ਚਾਹੀਦਾ ਉਹਨੂੰ ਇਸ ਗਰਮੀ ਦੇ ਵਿੱਚ। ਹਾਂਜੀ, ਇਹ ਤਾਂ ਮਾਸ਼ਾਅੱਲਾ ਬੜੇ ਸ਼ਿਕਾਰੀ ਨੇ, ਔਰ ਇਹ ਸ਼ਿਕਾਰ ਹੋ ਰਿਹਾ। ਨਹੀਂ ਤੇ ਫਿਰ ਕੀ ਹਾਲਾਤ ਹਨ ਕਬੂਤਰ? ਫਿਰ ਨਸ ਕਿਉਂ ਰਹੇ ਤੇ ਮਾਰ ਕਿਉਂ ਰਹੇ? ਕੱਲ 11 ਵਜੇ ਤੱਕ ਕਬੂਤਰ ਦੀਆਂ ਲਾਸ਼ਾਂ ਸਨ ਉੱਤੇ, ਜਿਹੜੇ ਕੁਝ ਵੈਸੇ ਹੀ ਉਹਨਾਂ ਨੇ ਚੱਕ ਚੁੱਕਲ ਗਿਆ 1-1-2-2 ਵਾਲੇ। ਲੇਲਾ ਸਾਹਿਬ ਵੀ ਆਏ ਉਸਤਾਦ ਦੇ। ਲੇਲਾ ਸਾਹਿਬ ਉਸਤਾਦ ਜੀ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੱਲ ਕਹਿ ਰਹੀ ਬਾਜ਼ੀ ਉਡਾਈ ਹੈ ਜੀ। ਅੱਛਾ, 12:45 ਦੇ ਕਬੂਤਰ 5 ਦੇ ਵਿੱਚ ਆ ਰਿਹਾ ਜੀ। ਅੱਛਾ, 5 ਮਿੰਟ ਮੇਰਾ ਕਬੂਤਰ ਇਨਸ਼ਾਅੱਲਾ ਕਰਦਾ ਤੇ ਮੈਂ ਖਲੋ ਕੇ ਵੱਧਦਾ ਸੀ, ਉਹਦਾ 5 ਮਿੰਟ ਤਗੜਾ ਸੀ, ਮੇਰਾ 5 ਮਿੰਟ ਦਾ ਮਾਠਾ ਸੀ, ਕਬੂਤਰ ਸੋਹਣਾ ਉੱਡਿਆ। ਮੈਂ ਆਪਦੇ ਉਸਤਾਦ ਨੂੰ ਕਿਹਾ ਬਈ ਲਾ ਮੈਂ 47-46। ਤੇਰਾ ਉਸਤਾਦ ਕਿਹੜਾ ਹੈ? ਵਕਾਰ ਸ਼ੇਖ ਹੈ ਜੀ, 47-46 ਦੀ ਗਰਮੀ ਦੇ ਵਿੱਚ ਉਹਨੇ ਕਬੂਤਰ ਬੜਾ ਸੋਹਣਾ ਉਡਾਇਆ, 12:45 ਦਾ ਘਟਿਆ ਮੇਰੀ ਫੀਲਡਿੰਗ ਡੋਨ। ਨਹੀਂ ਤਾਂ ਹੁਣ ਉਸਤਾਦ ਤੇਰਾ ਜਿਹੜਾ ਇੱਥੇ ਆਪਣਾ ਕੰਮ ਹੋ ਰਿਹਾ ਸੀ, ਮੇਰੀ ਫੀਲਡਿੰਗ ਡੋਨ ਸੀ, ਫੀਲਡਿੰਗ ਮੇਰੀ ਥੋੜੀ ਜਿਹੀ ਨਹੀਂ, ਇਸ ਦੜੇ 'ਚ ਵੀ ਮੈਂ ਕਬੂਤਰ ਉਡਾ ਰਿਹਾ ਜੀ। ਵਾਹ, ਸਾਡੇ ਘਰ ਦੇ ਜ਼ਾਤੀ ਕਬੂਤਰ ਉਡਾ ਰਹੇ ਜੀ। ਕੀ ਬਾਤ, ਕਬੂਤਰ ਜ਼ਾਤੀ ਉਡਾ ਰਹੇ ਜੀ। ਮਾਸ਼ਾਅੱਲਾ ਜੀ, ਚੇਅਰਮੈਨ ਆਫ ਟੂਰਨਾਮੈਂਟ ਕਮੇਟੀ, ਅਸਲਾਮ ਅਲੈਕੁਮ ਸਾਹ ਜੀ। ਅਸਲਾਮ ਅਲੈਕੁਮ ਵੀਰ ਜੀ, ਕੀ ਹਾਲ ਹੈ? ਠੀਕ ਠਾਕ ਹੋ? ਵਾਲੇਕੁਮ ਸਲਾਮ ਜੀ। ਵੀਰ ਜੀ, ਐਤਕੀ ਕਿਹੜਾ ਮਾਲ ਕੱਢ ਰਹੇ ਹੋ? ਮਾਲ ਵੀ ਕੱਢ ਲਿਆ ਜੀ ਇੱਕ ਸਾਡਾ। ਸਹੀ ਹੈ, ਕੱਪੜਾ ਥੱਲੇ ਰੱਖਣ ਦਾ ਕੀ ਮਕਸਦ ਹੈ? ਹੋਲੀ ਤਾਂ ਥੱਲੇ ਮਿੱਟੀ ਮੁੱਟੀ ਆ, ਮੱਠਾ ਚੁੰਝ ਚੁੰਝ ਨਾ ਮਾਰ। ਇਹ ਜੀ ਚੱਪਿਆ ਜੀ ਆਪਣਾ ਚਿੱਟੇ ਸਿੰਘਾਂ ਦੇ। ਚੱਪੇ ਦਾ ਮਤਲਬ ਹੈ ਕਿ ਤੁਸੀਂ ਜਿਹੜਾ ਹਮਜ਼ਾ ਨੂੰ ਵੇਖਦੇ ਆਇਆ, ਤੁਸੀਂ ਕਿਹਾ ਕਿ ਤੁਸੀਂ ਰੱਤੇ ਨੂੰ ਜਿਹੜਾ ਆਇਆ ਸਿੱਧਾ ਕਰ ਲਓ। 30 ਦਿਨ ਹੋ ਗਏ ਜੀ, ਵੇਖ ਲਓ ਜੀ, ਕੁਸ਼ਲ ਤੇ ਵੀ ਹੈ ਜੀ।
ਜੋਰ ਮਾਰਦਾ ਪਿਆ ਨੇ ਟੀਰਾ ਜਿਹੜਾ ਉਸ ਦਿਨ ਤੀਜੀ ਵਾਰ ਦਾ ਉੱਡਦਾ ਪਿਆ ਇਹ ਪਿਛਲੀ ਵਾਰ ਜਿਹੜੇ ਇਹ ਮੰਡੀ ਸਾਹਿਬ ਨਾਲ ਪਕੜੀ ਗਿਆ ਸੀ ਇਹ ਉੱਥੇ ਕਿੰਨੇ ਪਕੜੀ ਗਿਆ ਸੀ ਇਹ ਜੀ 5-15 ਹਿੰਮਤ ਹੈ ਜੀ ਸਤਾਈ ਤੁਸੀਂ ਤੀਜੀ ਵਾਰੀ ਦੇ ਲਈ ਆਉਂਦੇ ਜੀ ਇੱਥੇ ਤਾਂ ਪਹਿਲੀ ਵਾਰੀ 11 ਵਜੇ ਮਰ ਜਾਂਦੇ ਨੇ ਕਬੂਤਰ ਮੀਂਹ ਹਸਨ ਪ੍ਰਾਚੇ ਦੇ ਕਬੂਤਰ ਵਿਖਾਓ ਬਈ ਜੋੜੀ ਛੱਡ ਰਹੇ ਹੋ ਇਹ ਪੁਰਾਣੇ ਜਾਂ ਨਵੇਂ ਜੀ ਕੋਈ ਮੈਲੀ ਕਿੰਨੀ ਹੋਈ ਨਿਮਤ ਗਿਓ ਵਾਲਾ ਗਿਓ ਹੈ ਜਾਂ ਕਬੂਤਰ ਰਹਿੰਦੇ ਦੇਸੀ ਗਿਓ ਅਸਲਾਮ ਵਾਲੇਕੁਮ ਸਾਦੇ ਮੋਹਤਰਮ ਕੀ ਹਾਲ ਹੈ ਠੀਕ ਠਾਕ ਟੀਪੂ ਭਰਾ ਦੋ ਛੱਡ ਦੇ ਬਰੰਗ ਵਾਪਾ ਕਰ ਦਿੱਤੀ ਪਹਿਲਾਂ ਖੋ ਲਿਆ ਹੋ ਗਿਆ ਉਹ ਤਾਂ ਨਹੀਂ ਹੈ ਨਾਲ ਠੀਕ ਉਹ ਤਾਂ ਵੈਸੇ ਐਵੇਂ ਦਿਲ ਨਾ ਲੱਗੇ ਪਾਣੀ ਪੂਣੀ ਦੇਵੋ ਭਾਈ ਦੇਵੋ ਪਾਣੀ ਜਲਦੀ ਕਰੋ ਅੱਲਾ ਸ਼ੁਕਰ ਇਸ ਚਾਰ ਚਾਰ ਇੱਕੋ ਚ ਗਰੀਬ ਲੋਕ ਲਿਆ ਪਹਿਲੇ ਮੋਹਰ ਲਾ ਲਵੇ ਮਿਹਰਬਾਨੀ ਬਾਬਾ ਛਾ ਕਰ ਠੀਕ ਠਾਕ
ਉਸਤਾਦ ਜੀ ਉਹੀ ਪੁਰਾਣਾ ਕਬੂਤਰ ਦਿਓ ਜੀ ਗੋਲੀ ਛੋਲੇ ਤੋਂ ਪੱਲੇ ਛੱਲੇ ਤੋਂ ਮੇਰੇ ਖਿਆਲ ਰੰਗ ਸ਼ੰਗ ਸਹੀ ਸਾਈ ਇੱਕ ਹੀ ਦਿੱਤੀ ਤੇ ਖੁੱਲੀ ਨਹੀਂ ਦਿੱਤੀ ਇਹ ਤਾਂ ਬੰਦ ਤੇ ਖੋਲਦੇ ਖੋਲਦੇ 12 ਵਜੇ ਸਾਨੂੰ 12 ਵਜੇ ਕੰਮ ਪਿਆ ਜਾ ਸੀ ਇਹ ਤਾਂ 12 ਤਾਂ ਲੰਘਦੇ ਹੀ ਨਹੀਂ ਹੈਗੇ ਉਸਤਾਦ ਜੀ ਤੁਸੀਂ ਹੁਣ ਗੋਲੀ ਕਿਸ ਅੰਦਾਜ਼ ਦੀ ਬਣਾਈ ਹੈ ਕਿ 7-8 ਵਜੇ ਖੁੱਲ ਜਾਂਦੀ ਸਾਲ ਤੀਫ ਜਿਹੜੀ ਅੱਗੇ ਤਾਂ 11-12 ਵਜੇ ਤਾਂ ਗੋਲੀ ਖੁੱਲਦੀ ਹੁੰਦੀ ਸੀ ਤੇ ਹੁਣ ਕੀ ਰੁਟੀਨ ਹੁੰਦਾ ਹੁਣ ਹੁਣੇ ਖੁੱਲ ਜਾ ਸੀ ਅੱਛਾ ਨਹੀਂ ਤਾਂ ਵੈਸੇ ਓਵਰਆਲ ਤਾਂ ਪਹਿਲਾਂ ਹੁੰਦਾ ਸੀ 12 ਵਜੇ ਗੋਲੀ ਖੁੱਲੇਗੀ ਤੇ ਹੁਣ ਤਾਂ 12 ਵਜੇ ਵੈਸੇ ਲੰਬੇ ਹੋ ਜਾਂਦੇ ਗਰਮੀ ਦੇ ਹਿਸਾਬ ਖੁੱਲੀ ਗੋਲੀ ਘਰੋਂ ਲਾਤ ਲਿਆ ਅੱਛਾ ਅਮਜਾ ਬਾਈ ਕਬੂਤਰ ਵਿਖਾਓ ਬਈ ਤੁਸੀਂ ਆਦੇ ਦੇਖੋ ਇਹ ਅਮਜਾ ਰੱਤਾ ਪਿਛਲੀ ਵਾਰੀ ਜਾਂ ਪਹਿਲੇ ਦੜੇ ਵਾਲਾ ਇੱਕ ਪੀਰ ਤੇ ਕਰਦਾ ਇੱਧਰ ਲਾ ਵਿੱਚ ਖੱਟੀਆਂ ਕਾਲਾ ਹਾਂਜੀ ਇਹ ਪਲੱਖਾ ਜੀ ਜਿਹੜਾ ਰਾਤ ਭਰ ਰਿਹਾ ਸੀ ਬਾਈ ਜਾਨ ਸਹੀ ਸਹੀ ਹਰ ਵਾਰੀ ਤੇਰਾ ਇੰਟਰਵਿਊ ਨਹੀਂ ਯਾਰ ਮੈਂ ਦੱਸਦਾ ਆ ਪੀਰ ਚਪੜਾ ਤੂੰ ਛੱਡ ਰਿਹਾ ਹਾਂਜੀ ਸਾਮਾ ਕਰੋ ਇੱਕ ਹਾਂਜੀ ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਠੀਕ ਠਾਕ ਦੋਸਤੋ ਉਸਤਾਦ ਆਦਮ ਖਿੱਚੀ ਸਾਹਿਬ ਪਾਣੀ ਦੇ ਰਹੇ ਹਨ ਕਬੂਤਰ ਨੂੰ ਇਸ ਤੋਂ ਬਾਅਦ ਕਬੂਤਰਾਂ ਨੂੰ ਗੋਰੀ ਛੋਰੀ ਦੇ ਕੇ ਆਦਿ ਪਰਵਾਹ ਕਰਵਾਉਣਗੇ ਦੋਸਤੋ ਅੱਜ ਦੀ ਗਰਮੀ ਜਿਹੜੀ 48-49 ਦੱਸ ਰਿਹਾ ਗੂਗਲ 'ਤੇ ਦੇਖਦੇ ਹਾਂ ਅੱਜ ਦਾ ਕੀ ਬਣਦਾ ਸਾਡੇ ਨਾਲ ਰਹੋ ਵੀਡੀਓ ਐਂਡ ਤੱਕ ਦੇਖਿਓ ਕਮੈਂਟਸ 'ਚ ਆਪਣੀ ਰਾਏ ਦਾ ਆਧਾਰ ਜ਼ਰੂਰ ਕੀਤਾ ਕਰੋ ਇਨਸ਼ਾਅੱਲਾ ਸ਼ੌਕ ਦੇ ਹਵਾਲੇ ਨਾਲ ਤੁਹਾਨੂੰ ਬਹੁਤ ਸਾਰੀ ਵੀਡੀਓ ਬਣਾ ਕੇ ਭੇਜ ਦਿੰਦੇ ਹਾਂ ਅਤੇ ਕਮੈਂਟਸ ਦਾ ਆਧਾਰ ਕੀਤਾ ਕਰੋ ਤਾਂ ਕਿ ਸਾਡੀ ਵੀ ਹੌਸਲਾ ਅਫਜ਼ਾਈ ਹੋਵੇ ਤਰ੍ਹਾਂ ਜਿਵੇਂ ਨਹੀਂ ਸਰ ਤੁਸੀਂ ਤਾਂ ਜਦੀਦ ਸਿਸਟਮ ਪੁਰਾਣਾ ਸਿਸਟਮ ਰੱਖਿਆ ਹੋਇਆ ਨਲਕੀ ਵਾਲਾ ਅੱਛਾ ਅੱਛਾ ਸ਼ੁਕਰ ਮੈਂ ਪਹਿਲਾਂ ਪੁਰਾਣਾ ਨਲਕੀਆਂ ਹੀ ਹੁੰਦੇ ਅਸੀਂ ਟੀਕਾ ਵਾਹ ਵਰਦਾ ਇਹਦਾ ਮਤਲਬ ਟੀਕਾ ਨੁਕਸਾਨ ਦੇ ਹਾਂ ਸਾਮਾਨ ਲੈਂਦੇ ਚਲੋ ਮਸਤੀ ਕਰ
ਗੁਰਦਾ ਤੇ ਵੇਚ ਕੇ ਨਹੀਂ ਆਇਆ ਜਿਹੜਾ ਹੈ ਲਾਲ ਯਾਰ 3500 ਚੱਲ ਵੱਡਾ ਚੱਪਿਆ।